ਕਿ ਦਿਨਾਂ ਤੋਂ ਲਗਭਗ ਜਿਹੜਾ ਪੰਜਾਬ ਦਾ ਮਿਨਿਸਟਰੀਅਲ ਸਟਾਫ ਹੈ ਉਹ ਹੜਤਾਲ ਦੇ ਉੱਤੇ ਹੈ ਮੰਗਾਂ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਨਾਲ ਮੁਲਾਕਾਤ ਦੀ ਗੱਲ ਤਾਂ ਸ਼ੁਰੂ ਕਰ ਰਿਹਾ ਹੈ ਪਰ ਕਿਤੇ ਨਾ ਕਿਤੇ ਮੁਲਾਕਾਤ ਹੁੰਦੀ ਨਹੀਂ ਨਜ਼ਰ ਆ ਰਹੀ ਹਾਲਾਂਕਿ ਇਹ ਹੜਤਾਲ 6 ਦਸੰਬਰ ਤੱਕ ਜਿਹੜੀ ਹੈ ਵਧਾਈ ਗਈ ਸੀ ਪਰ ਜੋ ਖਬਰ سامنے ਆ ਰਹੀ ਹੈ ਕਿ ਹੋ ਸਕਦਾ ਹੈ ਕਿ ਅੱਜ ਪੰਜਾਬ ਸਰਕਾਰ ਨਾਲ ਜਿਹੜੀ ਪੰਜਾਬ ਦੇ ਜਿਹੜੇ ਮਿਨਿਸਟਰিয়াল ਸਟਾਫ ਦੀ ਯੂਨੀਅਨ ਹੈ ਉਸ ਦੀ ਮੁਲਾਕਾਤ ਹੋਵੇ ਪਰ ਕੀ ਉਸ ਮੁਲਾਕਾਤ ਦਾ ਹੱਲ ਨਿਕਲ ਕੇ ਸਾਹਮਣੇ ਆਏਗਾ ਇਹ ਤਾਂ ਉਸ ਮੁਲਾਕਾਤ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਪਿਛਲੇ 27 ਦਿਨਾਂ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਹੜਤਾਲ ਦੇ ਕਾਰਨ ਆਮ ਲੋਕਾਂ ਨੂੰ ਜਿਹੜਾ ਹੈ ਕਾਫੀ ਨੁਕਸਾਨ ਚੇਲਣਾ ਪੈ ਰਿਹਾ ਉੱਥੇ ਦੂਜੇ ਪਾਸੇ ਇਸ ਦੇ ਨਾਲ ਪੰਜਾਬ ਸਰਕਾਰ ਦਾ ਵੀ ਕਾਫੀ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਦੋਂ ਤੋਂ ਮਿਨਿਸਟਰियल ਸਟਾਫ ਦੀ ਹੜਤਾਲ ਸ਼ੁਰੂ ਹੋਈ ਹੈ ਤਾਂ ਉਸ ਦੇ ਵਿੱਚ ਪੰਜਾਬ ਦੇ ਰੈਵਨਿਊ ਦਾ ਬਹੁਤ ਜ਼ਿਆਦਾ ਕੰਮ ਜਿਹੜਾ ਉਹ ਹੱਲੇ ਨੇਪਰੇ ਨਹੀਂ ਚੜ੍ਹ ਪਾ ਰਿਹਾ ਹਾਲਾਂਕਿ ਲੋਕ ਜਿਹੜੇ ਨੇ ਬਹੁਤ ਸਾਰੇ ਲੋਕ ਆਪਣੀਆਂ ਰਜਿਸਟਰੀ ਨਹੀਂ ਕਰਵਾ پا ਰਹੇ ਤਸਵੀਰਾਂ ਇਸ ਵਕਤ ਅਸੀਂ ਤੁਹਾਨੂੰ ਡੇਰਾ ਬੱਸੀ ਦੇ ਤਸੀਲ ਕੰਪਲੈਕਸ ਦੀਆਂ ਦਿਖਾਵਾਂਗੇ ਜਿੱਥੇ ਅਸੀਂ ਤੁਸੀਂ ਦੇਖ ਸਕਦੇ ਹੋ ਤਸੀਲ ਕੰਪਲੈਕਸ ਦੇ ਬਾਹਰ ਅਸੀਂ ਮੌਜੂਦ ਹਾਂ ਤੇ ਅੰਦਰ ਜਿੱਥੇ ਤੱਕ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਇੱਥੇ ਆਪਣੇ ਕੰਮਾਂ ਨੂੰ ਲੈ ਕੇ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ 27 ਦਿਨਾਂ ਤੋਂ ਲਗਭਗ ਲੋਕ ਜਿਹੜੇ ਨੇ ਉਹ ਆਪਣੇ ਕੰਮਾਂ ਦੇ ਲਈ ਇਹਨਾਂ ਤਹਿਸੀਲ ਕੰਪਲੈਕਸਿਸ ਦੇ ਵਿੱਚ ਆਤਾ ਰਹੇ ਨੇ ਪਰ ਉਹਨਾਂ ਦੇ ਕੰਮ ਜਿਹੜੇ ਨੇ ਉਹ ਸਿਰੇ ਨਹੀਂ ਚੜ੍ਹ ਪਾ ਰਹੇ ਉੱਥੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜਾ ਮਿਨਿਸਟਰੀਅਲ ਸਟਾਫ ਹੈ ਉਹ ਲੰਬੇ ਸਮੇਂ ਤੋਂ ਯਾਨੀ ਕਿ ਲਗਭਗ 27 ਦਿਨਾਂ ਤੋਂ ਹੜਤਾਲ ਦੇ ਉੱਤੇ ਬੈਠਾ ਹੋਇਆ ਤੇ ਕੰਮ ਨਾ ਹੋਣ ਕਾਰਨ ਜਿੱਥੇ ਸਰਕਾਰ ਨੂੰ ਨੁਕਸਾਨ ਹੋ ਰਿਹਾ ਉੱਥੇ ਹੀ ਲਗਭਗ 2 ਲੱਖ ਜਿਹੜੇ EMPLOYEES ਨੇ ਉਹਨਾਂ ਦੀ ਤਨਖਾਹ ਵੀ ਕਿਤੇ ਨਾ ਕਿਤੇ ਰੁਕਦੀ ਹੋਈ ਨਜ਼ਰ ਆ ਰਹੀ ਹੈ ਸਮੇਂ ਸਿਰ ਤਨਖਾਹ ਨਹੀਂ ਆ ਪਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਵਕਤ ਤਹਿਸੀਲ ਕੰਪਲੈਕਸ ਦੀ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਇੱਥੇ ਪਹੁੰਚ ਰਹੇ ਨੇ ਲੋਕ ਆਪਣਾ ਕੰਮ ਕਰਵਾਉਣ ਲਈ ਪਹੁੰਚ ਰਹੇ ਨੇ ਪਰ ਹੜਤਾਲ ਦੇ ਕਾਰਨ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਹੈ ਉਹਨਾਂ ਦੇ ਕੰਮ ਜਿਹੜੇ ਉਹ ਸਿਰੇ ਨਹੀਂ ਚੜ੍ਹ پا ਰਹੇ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਉਹਨਾਂ ਦੇ ਡਾਕੂਮੈਂਟਸ ਫੜੇ ਹੋਏ ਨੇ ਹੱਥਾਂ ਦੇ ਵਿੱਚ ਉਹਨਾਂ ਦੇ ਜਿਹੜੇ ਜੋ ਉਹਨਾਂ ਦੇ ਕੰਮ ਕਰਾਉਣੇ ਨੇ ਉਹ ਇੱਥੇ ਫੜੇ ਹੋਏ ਨੇ ਪਰ ਉਹਨਾਂ ਦੇ ਕੰਮ ਜਿਹੜੇ ਨੇ ਉਹ sire ਨਹੀਂ ਚੜ੍ਹ ਪਾਰੇ ਕਿਉਂਕਿ ਜਿਹੜਾ ਮਿਨਿਸਟਰੀਅਲ ਸਟਾਫ ਹੈ ਉਹ ਲਗਾਤਾਰ ਜਿਹੜਾ ਹੈ ਇੱਥੇ ਹੜਤਾਲ ਦੇ ਉੱਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਬਾਪੂ ਜੀ ਤੁਸੀਂ ਇੱਥੇ ਆਪਣਾ ਕੋਈ ਕੰਮ ਕਰਾਣ ਆਏ ਸੀਗੇ ਕਿ ਕਿਸ ਕੰਮ ਆਏ ਸੀ ਤਹਿਸੀਲ ਦੇ ਵਿੱਚ ਪੇਸੀ ਕਰਾਣ ਆਏ ਪੇਸੀ 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 ਤੇ ਤੁਹਾਡੇ ਜਿਹੜੇ ਕੰਮ ਹੋ ਰਹੇ ਨੇ ਅੰਦਰ ਕਿ ਹੜਤਾਲ ਕਰਕੇ ਸਾਰੇ ਕੰਮ ਰੁਕੇ ਹੋਏ ਨੇ ਬਜੇ ਮਾਰਦਾ ਕੰਮ ਕੁਛ ਨਹੀਂ ਰਾਮਨ ਨੂੰ 2-3 ਮਹੀਨੇ ਗਏ ਰਹੇ ਬੇਵਰਾਨ ਹੋ ਗਏ ਪਰੇਸ਼ਾਨ ਹੋ ਰਹੇ ਕੋਈ ਕੰਮ ਨਹੀਂ ਹੋ ਰਿਹਾ ਕੋਈ ਨਹੀਂ ਹੋ ਰਿਹਾ ਠੀਕ ਹੈ ਤੁਸੀਂ ਅਸੀਂ ਹੋਰ ਵੀ ਇੱਥੇ ਲੋਕ ਜਿਹੜੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਆਮ ਲੋਕ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਤਹਿਸੀਲ ਕੰਪਲੈਕਸ ਦੇ ਜਾਤ ਰਹੇ ਨੇ ਪਰ ਹੜਤਾਲ ਦੇ ਕਰਕੇ ਜਿਹੜਾ ਉਹਨਾਂ ਦੇ ਕੰਮ ਜਿਹੜੇ ਨੇ ਉਹ ਸਿਰੇ ਨਹੀਂ ਚੜ੍ਹ پا ਰਹੇ ਤੇ ਲੰਬੇ ਸਮੇਂ ਤੋਂ ਜੇਕਰ ਗੱਲ ਕਰੀਏ ਲਗਭਗ 27 ਤੋਂ 28 ਦਿਨ ਜਿਹੜੇ ਨੇ ਉਹ ਜਿਹੜਾ ਮਿਨਿਸਟਰial ਸਟਾਫ ਹੈ ਉਸ ਦੀ ਹੜਤਾਲ ਨੂੰ ਹੋ ਚੁੱਕੇ ਹੋਏ ਨੇ ਪਰ ਹਲੇ ਤੱਕ ਜਿਹੜਾ ਹੈ ਸਟਾਫ ਜਿਹੜਾ ਹੈ ਉਹ ਆਪਣੇ काम ਤੇ ਨਹੀਂ ਵਾਪਸ ਮੁੜਿਆ ਹਾਲਾਂਕਿ ਕਿਤੇ ਨਾ ਕਿਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਅੱਜ ਸਰਕਾਰ ਦਾ ਮੈਟ ਇੱਕ ਹੁੰਦੀ ਹੈ ਤੇ ਉਸ ਦੇ ਵਿੱਚ ਮੰਗਾ ਜੇ ਨਹੀਂ ਮੰਨੀਆਂ ਚਾਹਦੀਆਂ ਤਾਂ ਕਲਮ ਛੋੜ ਹਤਿਆ ਹੜਤਾਲ ਜਿਹੜੀ ਹੈ ਉਹ ਹੋ ਸਕਦੀ ਹੈ ਕੰਪਿਊਟਰ ਬੰਦ ਹੜਤਾਲ ਜਿਹੜੀ ਹੈ ਉਹ ਕਿਤੇ ਨਾ ਕਿਤੇ ਜਾਰੀ ਰੱਖੀ ਜਾ ਸਕਦੀ ਹੈ ਇਹਨਾਂ ਜੋ ਜੋ ਮਿਨਿਸਟਰियल ਸਟਾਫ ਹੈਗਾ ਉਸ ਵੱਲੋਂ ਪਰ ਅੱਗੇ ਹੁਣ ਕਿਸ ਤਰੀਕੇ ਦੇ ਨਾਲ ਚੀਜ਼ਾਂ ਹੋਣਗੀਆਂ ਇਹ ਕਿਤੇ ਨਾ ਕਿਤੇ ਜ਼ਰੂਰ ਦੇਖ ਜਿਕਰਯੋਗ ਹੋਏਗਾ ਅਸੀਂ ਅੰਦਰ ਜਾਵਾਂਗੇ ਅੰਦਰ ਜਾ ਕੇ ਵੀ ਜੇ ਕਿਤੇ ਨਾ ਕਿਤੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਕੀ ਅੰਦਰ ਦੇ ਹਾਲਾਤ ਨੇ ਇਸ ਸੂਤੀ ਡੇਰਾਬਸੀ ਦੇ ਸਬ ਰਿਜਿਸਟਰ ਆਫਿਸ ਦੇ ਬਾਹਰ ਖੜੇ ਹੈ ਤੁਸੀਂ ਦੇਖ ਸਕਦੇ ਹੋ ਕਿ ਰਜਿਸਟ੍ਰੇਸ਼ਨ ਆਫਿਸ ਇੱਥੇ ਮੈਂਸ਼ਨ ਵੀ ਕੀਤਾ ਹੋਇਆ ਤੇ ਅਸੀਂ ਅੰਦਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਹੜਤਾਲ ਦਾ ਜੋ ਅਸਰ ਹੈ ਉਹ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਅਫਸਰ ਜਾਂ ਕੋਈ ਵੀ ਜਿਹੜਾ ਰਿਸ਼ਤੀ ਕਰਤਾ ਹੈਗਾ ਉਹ ਇੱਥੇ ਮੌਜੂਦ ਨਹੀਂ ਹੈ ਸਟਾਫ ਸਾਰੇ ਸਾਰਾ ਹੜਤਾਲ ਦੇ ਉੱਤੇ ਹੈ ਇਸ ਹੜਤਾਲ ਕਰਕੇ ਆਮ ਲੋਕਾਂ ਨੂੰ ਕਿੰਨੀ ਕਿ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਹੈ ਉਸ ਦੇ ਬਾਰੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਲੋਕਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਜਰੂਰ ਕਰਾਂਗੇ ਪਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਹੜਤਾਲ ਦੇ ਕਾਰਨ ਕੋਈ ਵੀ ਸਟਾਫ ਜਿਹੜਾ ਇੱਥੇ ਮੌਜੂਦ ਨਹੀਂ ਹੈ ਕਿਉਂਕਿ ਪਿਛਲੇ ਲਗਭਗ 27 ਤੋਂ 28 ਦਿਨ ਹੋ ਚੁੱਕੇ ਹੋਏ ਨੇ ਜਿਹੜਾ ਮਿਨੀਸਟਰ ਸਟਾਫ ਹੈ ਉਹ ਲਗਾਤਾਰ ਹੜਤਾਲ ਦੇ ਉੱਤੇ ਚੱਲ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਹਰ ਜਿਹੜੇ ਲੋਕ ਨੇ ਉਹ ਖੜੇ ਨੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਕਹਿ ਲਈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਤੇ ਨਾ ਕਿਤੇ ਇਹਨਾਂ ਨੂੰ ਉਡੀਕ ਜਿਹੜੀ ਹੈ ਉਹ ਕਰਨੀ ਪੈਂਦੀ ਕਿ ਇਹਨਾਂ ਦੇ ਕੰਮ ਹੋ ਜਾਣ ਪਰ ਹੜਤਾਲ ਕਰਕੇ ਇਹਨਾਂ ਦੇ ਕੰਮ ਨਹੀਂ ਹੋ ਰਹੇ ਕਿੰਨੇ ਦਿਨ ਤੋਂ ਜਿਹੜੇ ਆਫਿਸ ਜਿਹੜੇ ਨੇ ਉਹ ਬੰਦ ਨੇ ਕਿੰਨੇ ਸਮੇਂ ਤੋਂ ਹੜਤਾਲ ਇੱਥੇ ਚੱਲ ਰਹੀ ਹੈ ਘੱਟੋ ਘੱਟ ਮਹੀਨਾ ਹੋ ਗਿਆ ਜੀ ਕਮ ਸੇ ਕਮ ਇੱਕ ਮਹੀਨੇ ਸੇ ਜ਼ਿਆਦਾ ਹੋ ਗਿਆ ਇੱਕ ਤਰ੍ਹਾਂ ਸੇ ਤੇ ਕਿੰਨੀ ਕੁ ਦਿੱਕਤ ਪਰੇਸ਼ਾਨੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਕਿਸ ਤਰੀਕੇ ਦੀ ਪਰੇਸ਼ਾਨੀਆਂ ਆ ਰਹੀਆਂ ਨੇ ਜੀ लोगों के बैंक से फोन आ रहे हैं उनके लोन सेंक्शन पड़े हैं बैंकों का काम नहीं हो रहा है लोग बहुत ज्यादा परेशान है जनता यहाँ तक कह रही है कि क्या केजरीवाल को वोट देके गलती कर दी गया आम आदमी को वोट देके गलती कर दी लोगों ने यहाँ तक जनता कह रही है अब परेशान है रोज आ रहे हैं नौकरियां छूट गई है क्या करें कि कब बैठेंगे कब नहीं हड़तालों के बीच में भी काम हुआ है बीच में थोड़ा बहुत ਠੀਕ ਹੈ ਲੇਕਿਨ ਉਹ ਰੈਗੂਲਾਈਜ਼ ਕੰਮ ਨਹੀਂ ਹੋਇਆ ਇੱਕ ਤਰ੍ਹਾਂ ਸੇ ਜਿਹੜਾ ਨਾਰਮਲੀ ਰੂਟੀਨ ਚ ਕੰਮ ਚੱਲਦਾ ਉਹਨੂੰ ਹੀ ਚੱਲਿਆ ਹਾਂ ਅਬ ਛੁੱਟੀ ਲੈਂਦੇ ਆ ਉਸ ਦਿਨ ਕੰਮ ਨਹੀਂ ਹੁੰਦਾ ਜਿਸ ਦਿਨ ਛੁੱਟੀ ਨਹੀਂ ਮਿਲਦੀ ਫਿਰ ਉਸ ਦਿਨ ਕੰਮ ਹੁੰਦਾ ਹੈ ਕੀ ਕਰੇ ਅਬ ਇਹ ਤਾਂ ਵਿਚਕਾਰ इनका ਕਨ ਕਾਲਣਾ ਚਾਹੀਏ ਨਾ ਕੋਈ ਹੱਲ ਠੀਕ ਹੈ ਕਹਿ ਰਹੇ ਨੇ ਕਿ ਛੁੱਟੀਆਂ ਲੈ ਲੈ ਲੋਕ ਇੱਥੇ ਪਹੁੰਚ ਰਹੇ ਨੇ ਬਾਬਾ ਤੁਸੀਂ ਕਿਦਾਂ ਦੇਖ ਰਹੇ ਹੋ ਕਿ ਹੜਤਾਲ ਲੰਬੇ ਸਮੇਂ ਤੋਂ ਇੱਥੇ ਚੱਲ ਰਹੀ ਹੈ ਲੱਗਦਾ ਕਿ ਕੰਮ ਜਿਹੜਾ ਉਸ ਨਾਲ ਕਾਫੀ ਨੁਕਸਾਨ ਕਿਤੇ ਆਮ ਜਨਤਾ ਦਾ ਆਮ ਜਨਤਾ ਨੂੰ ਚੇਲਣਾ ਪੈ ਰਿਹਾ ਹੈ ਆਮ ਜਨਸਰ ਨੂੰ ਚੇਰਣਾ ਪਿਆ ਉਹ ਤਾਂ ਆਪਣੀ ਉਹਨਾਂ ਦੇ ਤਾਂ ਕੰਮ ਹੋ ਹੀ ਜਾਂਦੇ ਜਿਹੜੇ ਮਿਨਿਸਟਰ ਸਟਾਫ ਚ ਨੇ ਜਾਂ ਆਮ ਕਰਕ ਨੇ ਇਹਨਾਂ ਦਾ ਤਾਂ ਕੰਮ ਹੋ ਰਿਹਾ ਹੈ ਬਾਕੀ ਲੋਕਾਂ ਨੂੰ ਆਮ ਜਨਸਰ ਨੂੰ ਹੀ ਪਰੇਸ਼ਾਨੀ ਹੈ ਆਮ ਜਨਤਾ ਦਾ ਤਾਂ ਕਚੂਮਰ ਨਿਕਲੇ ਪਿਆ ਕੋਈ ਕੋਈ ਮਸਲਾ ਨਹੀਂ ਕੋਈ ਸਿਧਾਂਤ ਕੋਈ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਸਭ ਝੂਠ ਦੀ ਪਲੁੰਦੇ ਜਿੰਨੀਆਂ ਨੌਕਰੀਆਂ ਦੇ ਰੇ ਜਿੰਨੇ ਆ ਫੜਲੇ ਭ੍ਰਿਸ਼ਟਾਚਾਰ ਫੜਲੇ ਸਭ ਬਕਵਾਸ ਸਭ ਝੂਠ ਝੂਠ ਮੋਹ ਰਿਹਾ ਹੈ ਇੰਨਾ ਬੇਕੂਬ ਬਣਾ ਰਹੇ ਦੁਨੀਆ ਨੂੰ ਵੀ ਹੱਤੋਂ ਜ਼ਿਆਦਾ ਠੀਕ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਤੇ ਨਾ ਕਿਤੇ ਪਰੇਸ਼ਾਨ ਕਾਫੀ ਜ਼ਿਆਦਾ ਹੱਦ ਤੱਕ ਨਜ਼ਰ ਆ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਲਗਭਗ 1 ਮਹੀਨੇ ਦੇ ਕਰੀਬ ਜਿਹੜਾ ਹੈ ਸਵਾ ਖੋਚ ਗਿਆ ਹੋਇਆ 1 ਮਹੀਨੇ ਦੇ ਸਮੇਂ ਦੇ ਵਿੱਚ ਕਾਫੀ ਰਿਸ਼ਤੀਆਂ ਨੂੰ ਲੈ ਕੇ ਜਿਹੜੀ ਤੰਗੀ ਪਰੇਸ਼ਾਨੀ ਜਿਹੜੀ ਹੈ ਲੋਕਾਂ ਨੂੰ ਆਣੀ ਸ਼ੁਰੂ ਹੋ ਚੁੱਕੀ ਹੋਈ ਹੈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਸਟਾਫ ਨੇ ਉਹਨਾਂ ਦੀ ਹੜਤਾਲ ਕਰਕੇ ਸਵੇਰ ਤੋਂ ਲੋਕ ਆਉਂਦੇ ਨੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਨੌਕਰੀਆਂ ਤੋਂ ਛੁੱਟੀਆਂ ਉਹਨਾਂ ਨੂੰ ਲੈਣੀਆਂ ਪੈਂਦੀਆਂ ਨੇ ਬੈਂਕਾਂ ਦੇ ਕੰਮ ਉਹਨਾਂ ਦੇ ਜਿਹੜੇ ਨੇ ਰੁਕੇ ਪਏ ਨੇ ਪਰ ਕਿਤੇ ਨਾ ਕਿਤੇ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਅੱਜ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਿਨਿਸਟਰੀਅਲ ਸਟਾਫ ਸ਼ਾਇਦ ਜਿਹੜੀ ਹੈ ਸਰਕਾਰ ਨਾਲ ਮੁਲਾਕਾਤ ਕਰੇਗਾ ਹੁਣ ਕਿਤੇ ਨਾ ਕਿਤੇ ਉਮੀਦ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿ ਲੋਕ ਜਿਹੜੇ ਨੇ ਕੀ ਕਹਿੰਦੇ ਨੇ ਉਮੀਦ ਕਿਤੇ ਨਾ ਕਿਤੇ ਇਹ ਕੀਤੀ ਜਾ ਰਹੀ ਹੈ ਕਿ ਸ਼ਾਇਦ ਸਰਕਾਰ ਜਿਹੜੀ ਹੈ ਉਹਨਾਂ ਨਾਲ ਮੁਲਾਕਾਤ ਨਾਲ ਕੋਈ ਵਿਚਲਾ ਹੱਲ ਨਿਕਲੇ ਤਾਂ ਜੋ ਜਿਹੜੇ ਲੋਕ ਇਸ ਵਕਤ ਪਰੇਸ਼ਾਨ ਨੇ ਉਹਨਾਂ ਪ੍ਰੇਸ਼ਾਨੀ ਦਾ ਹੱਲ ਜਿਹੜਾ ਹੈ ਉਹ ਨਿਕਲ ਸਕੇ ਕੈਮਰਾ ਪਰਸਨ ਰਵਿੰਦਰ ਕੁਮਾਰ ਦੇ ਨਾਲ ਸਾਇਨ ਰੂਲਾ ਲਿਵਿੰਗ ਇੰਡੀਆ ਨਿਊਜ਼ ਦੇਣਾਬਸੀ